ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। हेलो एवरीवन, साडा क्वेश्चन है फाइंड द मैक्सिमम एंड मिनिमम वैल्यूज इफ एनी ऑफ द फॉलोइंग फंक्शंस गिवन बाय f(x) = 2x - 1 होल स्क्वायर +3। ਤਾਂ ਸਾਨੂੰ ਇਸ ਗਿਵਨ ਫੰਕਸ਼ਨ ਦੀ ਮੈਕਸਿਮਮ ਐਂਡ ਮਿਨਿਮਮ ਵੈਲਿਊ ਫਾਈਂਡ ਕਰਨੀ ਹੈ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਅਸੀਂ ਆਪਣਾ ਕੁਐਸਚਨ ਲਿਖ ਲੂਗੇ। ਠੀਕ ਹੈ, ਸਾਡਾ ਕੁਐਸਚਨ ਕੀ ਹੈ, f(x) = 2x -1 ਦਾ ਸਕੁਆਇਰ +3। ਠੀਕ ਹੈ, ਤਾਂ ਹੁਣ ਸਾਨੂੰ ਪਤਾ ਹੈ ਕਿ 2x -1 ਦਾ ਹੋਲ ਸਕੁਆਇਰ ਜਿਹੜਾ ਹੈ, ਠੀਕ ਹੈ, ਉਹ ਜਾਂ ਤਾਂ 0 ਦੇ ਇਕੁਅਲ ਹੋਊਗਾ ਜਾਂ ਫਿਰ ਗ੍ਰੇਟਰ ਦੈਨ 0 ਹੁੰਦਾ ਹੈ, ਹੈ ਨਾ। ਠੀਕ ਹੈ, ਤੇ ਇਹ ਸਾਡੀ ਵੈਲਿਊ ਜਿਹੜੀ ਹੈ ਉਹ ਇਨਫਾਈਨਾਈਟ ਤੱਕ ਜਾ ਸਕਦੀ ਹੈ। ਤਾਂ ਇਹ ਵੈਲਿਊ ਜਦੋਂ 0 ਹੋਗੀ ਤਾਂ ਇਸ ਫੰਕਸ਼ਨ ਦੀ ਜਿਹੜੀ ਵੈਲਿਊ ਉਹ ਮਿਨੀਮਮ ਹੋਏਗੀ, ਹੈ ਨਾ, ਕਿਉਂਕਿ ਇਹਦੇ ਤੋਂ ਇਲਾਵਾ ਤਾਂ ਸਾਡੀ ਵੈਲਿਊ ਸਿਰਫ ਐਡ ਹੀ ਹੋਏਗੀ। ਠੀਕ ਹੈ, ਤਾਂ ਸਾਡੇ ਫੰਕਸ਼ਨ ਦੀ ਜਿਹੜੀ ਵੈਲਿਊ ਹੈ ਉਹ ਕੀ ਹੋਏਗੀ, ਮਿਨੀਮਮ ਹੋਏਗੀ। ਠੀਕ ਹੈ, ਮਿਨੀਮਮ = 3 ਵੈਨ x ਸਾਡਾ ਕੀ ਹੋਏਗਾ, ਜਦੋਂ 1/2। ਠੀਕ ਹੈ, ਤਾਂ ਇਹੀ ਸਾਨੂੰ ਫਾਈਂਡ ਕਰਨਾ ਸੀ। ਠੀਕ ਹੈ, ਆਂਸਰ ਹੈ। ਥੈਂਕ ਯੂ।